ये तस्वीरां गिद्दरवाहा मार्कफिट चौंक दियां ने जो कि अज सारे ही भारत के 12 बजे तो लैकर 3 बजे तक चक्का जाम किया गया। तो गिद्दरवाहा विखे भी जिहड़े हल्के दे किसान वड्डी गिणती विच इकट्ठे होकर मार्कफिट चौंक दे विच जिहड़ा 12 बजे तो लैकर 3 बजे तक चक्का जाम किया गया। जी मार्केट को हुसना चौंक है इतने अं चक्का जाम किया जो संयुक्त मोर्चे वालों पूरे भारत में 3 घंटे वास्ते चक्का जाम की कौल आई सी एक लड़ी तहत असी भी इतने साढ़े गिद्दरवाहा ब्लाक वालों मार्केट चौंक पिंड हुसनार चौंक है जिहड़ा इतने चक्का जाम किया गया। बलविंदर सिंह पिंड फकरसर मैं किसान यूनियन सिद्धूपुर का ब्लाक मैंबर हाँ। असी अज जो सानू 26 जनवरी के हिंसा हुई है वो संबंध में साढ़े पिंड के ब्लाक खजानची ने गिद्दरवाहा के सरदार नानक सिंह इन्होंने एक कौल आई सी जथेबंदियों वालों भी जो 26 जनवरी हिंसा हुई है उहदे विच साढ़े पंजाब के नहीं बल्कि पूरे हिंदुस्तान के जो भी किसान धरने में शामिल सी वह मुंडे लापता हुए उहदे संबंध में किसानों को जागरूक करने वास्ते भी साढ़े जो नौजवान किसान वीर लापता हुए उन्होंने सानू रिपोर्ट दी जाए वह कित्थे कित्थे ने सो सारे ही जिन्हां दे परचे पाए गए आ वह रद्द किए जाण उन्होंने संबंध में अज पूरे हिंदुस्तान के धरने लगाए गए। मेरा नाम गोगा सिंह है जी बीज प्रधान ब्लाक गिद्दरवाहा भारतीय किसान यूनियन एकता सिद्धूपुर। मैं बेनती करता सारे भरावां नूं भी जो अज तक जिवें 26 जनवरी घटना वापरी है साढ़े नौजवान लापता हुए है कोई ट्रेलगाने अंदर करे गए है जोड़ा सूबा सरकार कमेटी वालों सानूं आर्डर आए है उहदे आधार ते असीं इह धरना लाया गया 3 घंटे लई जाम कीता पूरे भारत च ते उहनां दी रिहाई दे रोस वजों ही ਅਸੀਂ ਪੂਰਨ ਅਪੀਲ ਕਰਦਾ ਮੈਂ ਕਿਸਾਨ ਭਰਾਵਾਂ ਨੂੰ ਜਿਸਨੇ ਵੀ ਪਿੰਡ ਜਾਣਾ ਦਿੱਲੀ ਨੂੰ ਕਮ ਸੇ ਕਮ ਇੱਕ ਪਿੰਡ 'ਚੋਂ 10 ਬੰਦੇ ਜਾਣ ਔਰ ਇੱਕ ਹਫ਼ਤੇ ਤੱਕ ਰਹਿਣ ਉੱਥੇ ਔਰ ਪਿੰਡ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਯੂਨੀਅਨ ਦੀ ਉਹਨੂੰ ਆਪਣੇ ਨਾਮ ਲਿਖਾ ਕੇ ਜਾਣ ਉਹਦੇ ਫੋਨ ਨੰਬਰ ਦੇ ਕੇ ਜਾਣ ਹਾਂਜੀ ਔਰ ਆਰਾਮ ਨਾਲ ਜਾਂ ਉੱਥੋਂ ਵਾਪਸ ਪਰਤਣ ਔਰ ਦਿੱਲੀ ਦੇ ਵਿੱਚ ਮੈਟਰੋ ਸਟੈਂਡ 'ਤੇ ਚੜ੍ਹਨ ਦੀ ਵੀ ਪੂਰਨ ਪਾਬੰਦੀ ਹੈ ਵੀ ਕਿਸੇ ਵੀ ਸ਼ਖਸ ਨੇ ਜਾਣਾ ਹੈ ਅਤੇ ਦਿੱਲੀ ਗਿਆ ਤਾਂ ਮੈਟਰੋ 'ਤੇ ਚੜ੍ਹ ਕੇ ਸ਼ਹਿਰ 'ਚ ਨਹੀਂ ਘੁੰਮਣਾ ਦਿੱਲੀ ਦੇ ਵਿੱਚ ਕਿਉਂਕਿ ਕਈ ਥਾਂ 'ਚ ਸ਼ਿਕਾਇਤ ਆਈ ਹੈ ਵੀ ਦਿੱਲੀ ਪੁਲਿਸ ਨੇ ਲੋਕਾਂ ਨੂੰ ਨਜਾਇਜ਼ ਹੈਰਾਨ ਕਰਿਆ ਜ਼ਿਆਦਾ ਪਰੇਸ਼ਾਨੀ ਖੜੀ ਕਰੀ ਹੈ ਇਸ ਕਰਕੇ ਪੂਰਾ ਦਿੱਲੀ ਜਾਣ ਤੋਂ ਸੁਚੇਤ ਹੋ ਕੇ ਰਹਿਣਾ ਔਰ ਉੱਥੇ ਆਪਦੇ ਧਰਨੇ ਵਾਲੀ ਜਗ੍ਹਾ 'ਤੇ ਜਿੱਥੇ ਸਟੇਜ ਵਾਲੇ ਉੱਥੇ ਹੀ ਜਾਣਾ ਕਿਵੇਂ ਦਾ ਕਿਵੇਂ। ਇਸ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਸਟੇਜ ਤੋਂ ਸੰਬੋਧਨ ਕੀਤਾ ਅਤੇ ਨਾਲ ਹੀ ਪੰਜਾਬੀ ਕਲਾਕਾਰ ਗੀਤਕਾਰ ਅਰਸ਼ਪਾਲ ਉੱਪਰ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਜਗਸੀਰ ਸਿੰਘ ਜੀਦਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਜਿੰਨਾ ਚਿਰ ਮੈਂ ਸ਼ਹੀਦਾਂ ਦੇ ਖੂਨ ਦਾ ਬਦਲਾ ਨਹੀਂ ਲੈਂਦਾ ਮੈਂ ਚੈਨ ਦੀ ਨੀਂਦ ਨਹੀਂ ਸੌ ਸਕਦਾ। ਪਰ ਮੈਂ ਇੰਨਾ ਕੁ ਦੱਸ ਦੇਵਾਂ ਕਿ ਜੋ ਕਾਲੀ ਨੀਤ ਦੇ ਨਾਲ ਬਣਾਏ ਗਏ ਹੋਣ ਜਿਹੜੀ ਮੰਦ ਭਾਵਨਾ ਦੇ ਨਾਲ ਬਣਾਏ ਗਏ ਹੋਣ ਜਿਹੜੇ ਕੁਛ ਕਾਰਪੋਰੇਟ ਘਰਾਣਿਆਂ ਦਾ ਭਲਾ ਕਰਨ ਵਾਸਤੇ ਬਣਾਏ ਗਏ ਕਾਨੂੰਨ ਹੋਣ ਉਹਨਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਹਾਂ। ਜੇ ਥੋੜਾ ਜਿਹਾ ਹੋਰ ਡੂੰਘਾਈ ਚ ਜਾਵਾਂ ਤਾਂ ਕਾਲਾ ਰੰਗ ਜਿਹੜਾ ਦੋਸਤੋ ਉਹ ਉਦਾਸੀ ਦਾ ਹੁੰਦਾ ਵਿਯੋਗ ਦਾ ਹੁੰਦਾ ਔਰ ਕਾਲਾ ਰੰਗ ਜਿਹੜਾ ਉਹ ਵਿਰੋਧ ਦਾ ਵੀ ਹੈ ਅਸੀਂ ਕਾਲੀਆਂ ਝੰਡੀਆਂ ਲਾ ਕੇ ਵਿਰੋਧ ਕਰਦੇ ਹਾਂ ਸੋ ਇਸ ਲਈ ਉਹ ਕਾਨੂੰਨ ਜਿਹੜੇ ਸਾਡੇ ਵਾਸਤੇ ਮਾਰੂ ਨੇ ਜਿਨ੍ਹਾਂ ਦੇ ਸੁਣ ਤੋਂ ਬਾਅਦ ਅਸੀਂ ਉਦਾਸ ਹੈ ਉਹ ਸਾਡੇ ਕਾਲੇ ਕਾਨੂੰਨ ਨੇ। ਛੁੱਟੀ ਹੈ ਤੇ ਅਸੀਂ ਕਹਿੰਦੇ ਕਿ ਬੀਜ ਖੋਲੇ ਖੇਤਾਂ ਦੇ ਪੁੱਤਾਂ ਕੋਲੋਂ ਬੀਜ ਖੋਲੇ ਖੇਤਾਂ ਦੇ ਪੁੱਤਾਂ ਕੋਲੋਂ ਤੇ ਤੇਰੀ ਆ ਜ਼ਮੀਨਾਂ ਖੋਣ ਦੀ ਤੇਰੀ ਆ ਜ਼ਮੀਨਾਂ ਖੋਣ ਦੀ। ਮੋਗੇ ਦੇ ਕੋਲ ਇੱਕ ਮਾਲ ਬਣਾਇਆ ਹੋਇਆ ਉਹਦੇ ਵਿੱਚ ਕਿੰਨੇ ਸਾਰੇ ਢੋਲ ਤੁਸੀਂ ਸ਼ਾਇਦ ਫੋਟੋਆਂ ਦੇ ਵਿੱਚ ਦੇਖੇ ਹੋਣੇ ਆ ਇੱਕ ਢੋਲ ਦੇ ਵਿੱਚ 700 ਏਕੜ ਦੀ ਕਣਕ ਸਟੋਰ ਕੀਤੀ ਜਾ ਸਕਦੀ ਹੈ ਬਿਨਾਂ ਕਿਸੇ ਬੰਦੇ ਦੇ ਸਿਰਫ ਇੱਕ ਸੁੱਚ ਨੱਪਣੀ ਹੈ ਸੁੱਚ ਨੱਪਣ ਨਾਲ ਟਰਾਲੀ ਉਹਦੇ ਵਿੱਚ ਲੋਡ ਹੋ ਜਾਣੀ ਹੈ ਤੇ ਇੱਕ ਸੁੱਚ ਨੱਪਣੀ ਹੈ ਉਹਨਾਂ ਦੀ ਸਾਰੀ ਕਣਕ ਇੱਕ ਟ੍ਰੇਨ ਦੇ ਵਿੱਚ ਲੋਡ ਹੋ ਜਾਣੀ ਹੈ ਕੋਈ ਮਜ਼ਦੂਰ ਦੀ ਲੋੜ ਨਹੀਂ ਕੋਈ ਉੱਥੇ ਪੱਲੇਦਾਰ ਦੀ ਲੋੜ ਨਹੀਂ ਕੋਈ ਉੱਥੇ ਮੰਡੀ ਦੀ ਲੋੜ ਨਹੀਂ। ਆਪਾਂ ਨੂੰ ਲੱਗਦਾ ਕਿ ਮੋਦੀ ਮੰਨਦਾ ਨੀਗਾ ਅਸਲ ਵਿੱਚ ਮੋਦੀ ਆਪਣੇ ਆਪ ਵਿੱਚ ਕੋਈ ਚੀਜ਼ ਨਹੀਂ ਮੋਦੀ ਇੱਕ ਵਿਅਕਤੀ ਹੈ ਮੋਦੀ ਦੇ ਪਿੱਛੇ ਕੰਪਨੀਆਂ ਨੇ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਸ ਰਾਜ ਭਾਗ ਦੀਆਂ ਚਾਬੀਆਂ ਫੜਾਈਆਂ ਨੇ। ਸੋ ਦੋਸਤੋ ਸਾਡੀ ਜਿਹੜੀ ਲੜਾਈ ਹੈ ਉਹ ਤੁਸੀਂ ਧਿਆਨ ਨਾਲ ਸੁਣੋ ਧਿਆਨ ਨਾਲ ਸੋਚੋ ਕਿ ਮੋਦੀ ਦੇ ਖਿਲਾਫ ਨਹੀਂ ਮੋਦੀ ਦੇ ਖਿਲਾਫ ਜਿਹੜਾ ਬੈਠਾ ਹੋਇਆ ਘਰਾਣਾ ਹੈ ਕੰਪਨੀਆਂ ਉਹ ਸਾਡੀਆਂ ਦੁਸ਼ਮਣ ਨੇ। ਲੋਕ ਏਕਤਾ ਜਿੰਦਾਬਾਦ ਮਜ਼ਦੂਰ
मैं कहूंगा मोदी गोदी चक लिया है, तुसी कहना तौण ते गोडा रख लिया। मोदी गोदी चक लिया है, मोदी गोदी चक लिया है। सो बहुत बहुत धन्यवाद।